ਪੇਰੈਂਟ ਹੈ ਜੀ, ਰਾਵਣ ਦਾ ਪੁੱਤ ਹੈ। ਬਹੁਤ ਸੈਂਕੜੇ ਸਾਲ ਹੋ ਗਏ ਇਹਨਾਂ ਨੂੰ ਗੁਪਤਿਆਂ ਨੂੰ, ਉਹ ਗੈਰ ਕਾਨੂੰਨੀ ਹੈ। ਇੱਥੇ ਬਾਵਨ ਦੀ ਲੱਕੜੀ ਚਾਹੀਦੀ ਹੈ। ਦੁਸ਼ਹਿਰੇ ਮੌਕੇ ਰਾਵਣ ਦੇ ਪੁਤਲੇ ਜਲਦੇ ਤਾਂ ਤੁਸੀਂ ਆਮ ਵੇਖੇ ਹੋਣਗੇ, ਪਰ ਇਸ ਵਾਰ ਦੁਸ਼ਹਿਰੇ ਮੌਕੇ ਰਾਵਣ ਦੇ ਪੁਤਲੇ ਜਲਣੇ ਵੱਡੀ ਬਿਪਤਾ ਖੜੀ ਕਰ ਸਕਦੇ ਨੇ, ਕਿਉਂਕਿ ਇਸ ਦਾ ਵਿਰੋਧ ਪੰਜਾਬ ਵਿੱਚ ਵੱਡੇ ਲੈਵਲ 'ਤੇ ਹੋ ਰਿਹਾ। ਮੂਲ ਵਾਸੀ ਸਮਾਜ ਅਤੇ ਅੰਬੇਦਕਰ ਸਭਾ ਵੱਲੋਂ ਹੁਣ ਸੰਗਰੂਰ ਵਿੱਚ ਵੀ ਇਸ ਦਾ ਵਿਰੋਧ ਕੀਤਾ ਜਾਣ ਲੱਗ ਗਿਆ। ਇਹਨਾਂ ਆਗੂਆਂ ਵੱਲੋਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਰਾਸ਼ਟਰਪਤੀ ਦੇ ਨਾਮ ਦਿੱਤਾ ਗਿਆ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਰਾਵਣ ਉਹਨਾਂ ਦਾ ਦੇਵਤਾ ਹੈ, ਇਸ ਕਰਕੇ ਰਾਵਣ ਦੇ ਪੁਤਲੇ ਨਾ ਸੜ ਜਾਣ। ਮੈਨੂੰ ਕਰਨੈਲ ਸਿੰਘ ਨੀਲੋਵਾਲ ਆ, ਮੈਂ ਅੰਬੇਦਕਰ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਚੇਅਰਮੈਨ ਵੀ ਹਾਂ ਨਾਲ, ਔਰ ਜਿੱਥੇ ਮੈਂ ਚੇਅਰਮੈਨ ਹਾਂ ਬਾਕੀ ਸਮਾਜਿਕ ਜਥੇਬੰਦੀਆਂ 'ਚ ਵੀ ਮੈਂ ਕੰਮ ਕਰਦਾ। ਅੱਜ ਦਾ ਮੁੱਦਾ ਕੀ ਹੈ? ਅੱਜ ਦਾ ਮੁੱਦਾ ਇਹ ਹੈ ਕਿ ਅਸੀਂ ਦੇਖ ਰਹੇ ਹਾਂ, ਹਜ਼ਾਰਾਂ ਸਾਲਾਂ ਤੋਂ ਤ੍ਰੇਤਾ ਯੁੱਗ ਵੀ ਚੱਲਿਆ ਗਿਆ, ਦੁਆਪੁਰ ਵੀ ਚੱਲਿਆ ਗਿਆ, ਔਰ ਮਹਾਤਮਾ ਰਾਵਣ ਦਾ ਹਰ ਸਾਲ ਪੁਤਲਾ ਫੂਕਿਆ ਜਾ ਰਿਹਾ ਹੈ। ਉਹਦਾ ਕੋਈ ਇਸ ਤਰ੍ਹਾਂ ਦਾ ਕੋਈ ਉਹਨੇ ਗਨਾਹੀ ਨਹੀਂ ਕੀਤਾ ਜਿਸ ਕਰਕੇ ਉਹਦਾ ਪੁਤਲਾ ਫੂਕਿਆ ਜਾਂਦਾ ਹੋਵੇ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇੱਕ ਤਾਂ ਜਿਹੜੇ ਇਹ ਪੁਤਲੇ ਫੂਕਣੇ ਆ ਇਹ ਬੰਦ ਕੀਤੇ ਜਾਣ। ਰਾਮਲੀਲਾ ਦੇ ਨਾਂ 'ਤੇ ਹਰ ਸਾਲ ਪੁਤਲੇ ਫੂਕੇ ਜਾਂਦੇ ਆ, ਇਹ ਬੰਦ ਹੋਣੇ ਚਾਹੀਦੇ ਆ। ਉਹ ਜਿਹੜੇ ਪਟਾਕੇ ਫੈਕਟਰੀਆਂ ਨੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਕੀਮਤੀ ਜਾਨਾਂ ਵੀ ਜਾ ਸਕਦੀਆਂ ਨੇ, ਉਹ ਜਿਹਨੂੰ ਛੋਟੇ ਛੋਟੇ ਬੱਚੇ ਬਣਾਉਂਦੇ ਆ, ਔਰ ਜਿਹਦਾ ਸੁਨਾਮ ਦੇ ਵਿੱਚ ਵੀ ਇਸ ਤਰ੍ਹਾਂ ਪਟਾਕਾ ਫੈਕਟਰੀ ਵਿੱਚ ਸਪੋਰਟ ਹੋਇਆ, ਔਰ ਘਰਾੜ ਦੇ ਵਿੱਚ ਵੀ ਹੋਇਆ, ਅੰਮ੍ਰਿਤਸਰ ਦੇ ਵਿੱਚ ਵੀ ਹੋਇਆ, ਵੱਡੀ ਪੱਧਰ 'ਤੇ ਕੀਮਤੀ ਜਾਨਾਂ ਗਈਆਂ ਨੇ। ਅਸੀਂ ਕਹਿੰਦੇ ਹਾਂ ਵੀ ਮਨੁੱਖ ਦੀ ਜਾਨਾਂ ਦੀ ਰਾਖੀ ਵੀ ਨਾਲ ਹੈਗੀ ਹੈ, ਔਰ ਪ੍ਰਦੂਸ਼ਣ ਤੋਂ ਵੀ ਜਿਹੜਾ ਮਨੁੱਖ ਨੂੰ ਬਚਾਇਆ ਜਾ ਸਕਦਾ, ਉਹ ਘਟੀਆ ਕਿਸਮ ਦੀਆਂ ਜਿਹੜੀਆਂ ਮਠਿਆਈਆਂ ਵੇਚੀਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਹਰਜਤ ਸਿੰਘ ਪ੍ਰਧਾਨ ਅੰਬੇਦਕਰ ਸਭਾ ਵੱਲੋਂ ਵੀ ਇਹੀ ਕਿਹਾ ਗਿਆ ਕਿ ਰਾਵਣ ਦੇ ਪੁਤਲੇ ਨਾ ਸਾੜੇ ਜਾਣ। ਉਹਨਾਂ ਕਿਹਾ ਕਿ ਰਾਵਣ ਜਲਾਉਣ ਸਮੇਂ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰ ਜਾਂਦੇ ਨੇ, ਇਹਨਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ। ਡਾਕਟਰ ਅੰਬੇਦਕਰ ਸਭਾ ਦਾ ਪ੍ਰਧਾਨ ਹਾਂ ਜੀ ਮੈਂ ਪੰਜਾਬ ਦਾ। ਅਸੀਂ ਜਿਹੜਾ ਅੱਜ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣਾ ਹੈ ਜੀ ਰਾਸ਼ਟਰਪਤੀ ਦੇ ਨਾਮ 'ਤੇ, ਸਾਡੀ ਇਹ ਮੰਗ ਹੈ ਵੀ ਜਿਹੜਾ ਰਾਵਣ ਦਾ ਪੁੱਤ ਹੈ, ਬਹੁਤ ਸੈਂਕੜੇ ਸਾਲ ਹੋ ਗਏ ਇਹਨਾਂ ਨੂੰ ਫੂਕਦਿਆਂ ਨੂੰ, ਉਹ ਗੈਰ ਕਾਨੂੰਨੀ ਹੈ। ਇਹ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਪਿੱਛੇ ਅੰਮ੍ਰਿਤਸਰ ਵੀ ਦੁਸਹਿਰੇ ਵਾਲੇ ਦਿਨ ਜਿਹਨੇ ਕਿੰਨੇ ਸਾਡੇ ਅੰਡ ਭੋਲੇ ਲੋਕ ਉੱਥੇ ਗੱਡੀ ਥੱਲੇ ਆ ਕੇ ਮਾਰੇ ਗਏ ਨੇ, ਇਹ ਗੈਰ ਕਾਨੂੰਨੀ ਕੰਮ ਹੈ। ਇਹ ਸਾਡਾ ਇੱਕ ਮਹਾਨ ਦੇਵਤਾ ਜੀ ਜਿਹੜਾ ਇੱਥੇ ਮੂਲ ਨਿਵਾਸੀ ਲੋਕਾਂ ਦਾ ਇਹ ਦੇਵਤਾ, ਅਸੀਂ ਉਸ ਦਿਨ ਇਹਦੀ ਪੂਜਾ ਕਰਦੇ ਹਾਂ, ਉਹਦਾ ਅਪਮਾਨ ਕੀਤਾ ਜਾ ਰਿਹਾ, ਇਹ ਗੈਰ ਕਾਨੂੰਨੀ ਹੈ, ਇਹਨੂੰ ਬੰਦ ਕੀਤਾ ਜਾਵੇ, ਨਹੀਂ ਇਹਦਾ ਗਾਹਾਂ ਵਾਲੇ ਸਮੇਂ ਦੇ ਵਿੱਚ ਗਲਤ ਸਿੱਟੇ ਲਿਖਣਗੇ ਜੀ। ਖੈਰ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਦਿੱਤੇ ਮੰਗ ਪੱਤਰ ਨੂੰ ਕਿਵੇਂ ਲਿਆ ਜਾਂਦਾ ਹੈ। ਰਾਸ਼ਟਰਪਤੀ ਇਹਨਾਂ ਦੇ ਮੰਗ ਪੱਤਰ ਉੱਤੇ ਗੌਰ ਕਰਦੇ ਨੇ ਜਾਂ ਫਿਰ ਸੰਗਰੂਰ ਵਿੱਚ ਰਾਵਣ ਦੇ ਪੁਤਲੇ ਜਲਣਗੇ ਅਤੇ ਪੁਤਲੇ ਸੜਨ ਵੇਲੇ ਇਸ ਦੇ ਨਤੀਜੇ ਕੀ ਆਉਣਗੇ, ਇਹ ਵੀ ਵੇਖਣਾ ਲਾਜ਼ਮੀ ਰਹੇਗਾ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।